ਦੋਸਤੋ ਸਤਿ ਸ਼੍ਰੀ ਅਕਾਲ, ਮੈਂ ਮੋਗੇ ਤੋਂ ਡਾਕਟਰ ਅਮਰੀਕ ਸਿੰਘ ਕੰਡਾ। ਤੁਸੀਂ ਮੇਰੇ ਪ੍ਰੋਗਰਾਮ ਅਕਸਰ ਰੇਡੀਓ 'ਤੇ ਸੁਣਦੇ ਰਹਿੰਦੇ ਹੋ ਅਤੇ ਮੇਰੇ ਆਰਟੀਕਲਸ ਜਿਹੜੇ ਹੈਗੇ ਆ ਉਹ ਤੁਸੀਂ ਅਖਬਾਰਾਂ ਵਿੱਚ ਮੈਗਜ਼ੀਨਾਂ ਵਿੱਚ ਪੜ੍ਹਦੇ ਰਹਿੰਦੇ ਹੋ। ਬਾਕੀ ਮੈਂ ਤੁਹਾਡੇ ਲਈ ਇੱਕ ਫੇਸਬੁੱਕ 'ਤੇ ਪੇਜ ਵੀ ਬਣਾਇਆ ਹੈ, ਡਾਕਟਰ ਅਮਰੀਕ ਸਿੰਘ ਕੰਡਾ ਦੇ ਨਾਂ ਹੇਠ ਪੇਜ ਬਣਿਆ ਹੋਇਆ। ਤੁਸੀਂ ਉਸ ਨੂੰ ਲਾਈਕ ਕਰਕੇ ਉੱਥੇ ਹਰ ਰੋਜ਼ ਨਵੇਂ ਨੁਸਖੇ ਪੜ੍ਹ ਸਕਦੇ ਹੋ। ਸੋ ਅੱਜ ਮੈਂ ਜਿਹੜੀ ਗੱਲ ਕਰਨ ਜਾ ਰਿਹਾ ਹਾਂ ਫੁਲਵੈਰੀ ਬਾਰੇ, ਸਫੇਦ ਦਾਗ ਜਿਹਨੂੰ ਇੰਗਲਿਸ਼ ਲਿਕੋਡਰਮਾ ਕਹਿੰਦੇ ਨੇ। ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਆਯੁਰਵੈਦਿਕ ਵਿੱਚ ਠੀਕ ਹੋ ਸਕਦੀਆਂ ਨੇ, ਹੋਰ ਕਿਸੇ ਪੈਥੀ 'ਚ ਨਹੀਂ ਠੀਕ ਹੋ ਸਕਦੀਆਂ। ਕੁਝ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਇਲੈਕਟ੍ਰੋ 'ਚ ਠੀਕ ਹੋ ਸਕਦੀਆਂ। ਸੋ ਇਹ ਦੋਨੇ ਪੈਥੀਆਂ 'ਤੇ ਮੈਂ ਕੰਮ ਕਰ ਰਿਹਾ, ਔਰ ਜਿਹੜਾ ਮੈਂ ਮਾੜਾ ਫਲੈਰੀ ਬਾਰੇ ਦੱਸਾਂ ਵੀ ਫਲੈਰੀ ਜਿਹੜੀ ਆਪਾਂ ਆਮ ਸਕਿਨ ਦੀ ਜਿਹੜੀ ਡੈਫੀਸ਼ੈਂਸੀ ਹੈ ਜਿਹਨੂੰ ਚਿੱਟੇ ਦਾਗ, ਸਫੇਦ ਦਾਗ ਅਲੱਗ ਅਲੱਗ ਨਾਂ ਨਾਲ ਪੁਕਾਰਿਆ ਜਾਂਦਾ। ਸੋ ਇੱਕ ਬਹੁਤ ਸਹਿਨਸ਼ੀਲਤਾ ਰੱਖਣੀ ਪੈਂਦੀ ਹੈ ਮਰੀਜ਼ ਨੂੰ। ਅਤੇ ਅੱਜ ਮੈਂ ਨੁਸਖਾ ਤੁਹਾਨੂੰ ਦੱਸਣ ਜਾ ਰਿਹਾ ਆਯੁਰਵੇਦ ਗ੍ਰੰਥ ਵਿੱਚੋਂ। ਸੋ ਇਹ ਬੜਾ ਵਧੀਆ ਨੁਸਖਾ ਹੈ। ਜਿਹੜੀ ਗੰਧਕ ਰਸਾਇਣ ਹੈ ਇਹ ਤੁਸੀਂ ਕੀ ਕੀ ਸਮੱਗਰੀ ਲੈਣੀ ਉਹ ਤੁਹਾਨੂੰ ਮੈਂ ਦੱਸਣ ਜਾ ਰਿਹਾ। ਸ਼ਿਵਤਰਾਈ ਰਸ ਹੈ, ਤੁਸੀਂ ਇਹ 90 ਮਿਲੀਗ੍ਰਾਮ ਲੈਣਾ। ਗੰਧਕ ਰਸਾਇਣ 90 ਮਿਲੀਗ੍ਰਾਮ ਹੈ, ਰਸਮਾਨਕਾ 90 ਮਿਲੀਗ੍ਰਾਮ ਹੈ, ਅਰੋਧਿਆ ਵਰਧਨੀ ਵਟੀ ਹੈ ਉਹ 50 ਮਿਲੀਗ੍ਰਾਮ ਹੈ, ਬਾਵਚੀ ਹੈ ਜਿਹੜੀ 90 ਮਿਲੀਗ੍ਰਾਮ ਹੈ, ਕੱਥਾ ਜਿਹੜਾ ਹੈਗਾ 280 ਮਿਲੀਗ੍ਰਾਮ ਹੈ, ਪ੍ਰਿੰਗਰਾਜ ਹੈ 100 ਮਿਲੀਗ੍ਰਾਮ ਹੈ, ਕਸੀਸ ਭਸਮ ਹੈ 60 ਮਿਲੀਗ੍ਰਾਮ ਹੈ, ਸਵਰਨ ਮਾਕਸ਼ਿਕ ਭਸਮ ਹੈ ਇਹ 60 ਮਿਲੀਗ੍ਰਾਮ ਹੈ, ਤਾਮਰ ਭਸਮ ਆ ਇਹ ਵੀ 60 ਮਿਲੀਗ੍ਰਾਮ ਹੈ, ਅਤੇ ਗੁਲਾਬ ਦੇ ਫੁੱਲ ਜਿਹੜੇ ਹੈ ਉਹ ਤਕਰੀਬਨ 200 ਗ੍ਰਾਮ ਲੈ ਸਕਦੇ ਹੋ, 200 ਮਿਲੀਗ੍ਰਾਮ। ਸੋ ਇਹਨੂੰ ਆਪਾਂ ਭਾਵਨਾ ਦੇਣੀਆਂ ਨੇ, ਭਾਵਨਾ ਹੁੰਦੀ ਆ ਵੀ ਕੋਈ ਵੀ ਚੀਜ਼ ਦੀ ਭਾਵਨਾ ਦਿੰਦੇ ਹਾਂ ਉਸ ਨੂੰ ਉਸ ਦੇ ਰੰਗ 'ਚ ਰੰਗਦੇ ਹਾਂ। ਸੋ ਇਹਦੀ 11-11 ਭਾਵਨਾ ਦੇਣੀਆਂ ਨੇ, ਭਾਵਨਾ ਮਹਿੰਦੀ ਦੀਆਂ, ਕੁਟਕੀ ਦੀਆਂ, ਸਰਵਾ, ਮਜਿਸਟਾ, ਬੜਿੰਗ, ਦਾਰੂ ਹਲਦੀ, ਤੋ ਇੱਕ ਕਾਲੀ ਜੀਰੀ ਅਤੇ ਇੱਕ ਲੋਦਰ, ਅਤੇ ਇਹ ਚੀਜ਼ਾਂ ਦੀਆਂ ਭਾਵਨਾ ਦੇ ਕੇ ਇਸ ਦੀਆਂ ਗੋਲੀਆਂ ਤਿਆਰ ਕਰ ਲੈਣੀਆਂ ਨੇ। ਦੂਜਾ ਇਹਦੇ ਨਾਲ ਲਗਾਉਣ ਲਈ ਤੇਲ, ਜਿੱਥੇ ਜਿੱਥੇ ਤੁਹਾਡੇ ਸਫੇਦ ਦਾਗ ਹੈ ਉੱਥੇ ਤੇਲ ਲਗਾਉਣ ਲਈ ਉਹਦੀ ਵਿਧੀ ਸੁਣ ਲਓ। ਬਾਵਚੀ ਤੇਲ ਹੈ, ਦਾਰੂ ਹਲਦੀ ਹੈ, ਕਰੰਜ ਬੀਜ ਹੈ, ਪਵਾਰ ਬੀਜ ਹੈ, ਹਲਦੀ ਹੈ, ਬਸਾ, ਮਾਲ ਕੰਗਣੀ ਹੈ, ਸਰ੍ਹੋਂ ਤੇਲ ਹੈ। ਸੋ ਇਹ ਜਿਹੜਾ ਇਹ ਚੀਜ਼ਾਂ ਲੈਣੀਆਂ ਨੇ, ਇਹ ਤੁਸੀਂ ਜਿਹੜਾ ਬਾਵਚੀ ਤੇਲ ਹੈ ਉਹ ਤੁਸੀਂ 100% ਲੈ ਲਓ, ਬਾਕੀ ਜਿਹੜੇ ਹੈਗੇ ਆ ਉਹ 20-20% ਲੈ ਲਓ। ਸੋ ਇਹ ਚੀਜ਼ਾਂ ਨੂੰ ਇਹਦੇ ਕਿੰਨੇ ਕੁ ਫਾਇਦੇ ਨੇ, ਇਹ ਬਹੁਤ ਵਧੀਆ ਇਹਦੇ ਰਿਜ਼ਲਟ ਨੇ, ਔਰ ਆਈ ਥਿੰਕ ਸੋ ਵੀ ਇਹ ਤੁਸੀਂ ਜੇ ਇਹਨੂੰ ਫਲੈਰੀ ਵਾਲਿਆਂ ਲਈ ਇਹ ਇੱਕ ਬਹੁਤ ਅੱਛਾ ਯੋਗ ਹੈ, ਅਤੇ ਤੁਸੀਂ ਇਸ ਨੂੰ ਬਣਾ ਕੇ ਇਹਦਾ ਲਾਭ ਉਠਾ ਸਕਦੇ ਹੋ। ਇਹਦੇ ਨਾਲ ਇੱਕ ਮੈਂ ਨਿੰਮ ਦੀ ਗੋਲੀ ਵੀ ਅਸੀਂ ਤਿਆਰ ਕੀਤੀ ਹੈ, ਉਹ ਤੁਸੀਂ ਜੇ ਇਹ ਸਾਡੇ ਕੋਲ ਬਣੀ ਬਣਾਈ ਵੀ ਮਿਲਦੀ ਤੁਹਾਨੂੰ ਦੱਸਣ ਜਾ ਰਿਹਾ ਸੀ ਮੈਂ, ਅਤੇ ਬਣੀ ਬਣਾਈ ਇਹ ਤੁਸੀਂ ਕੋਈ ਵੀ ਮੇਰੀ ਗੋਲੀ ਲਓਗੇ ਉਹ ਤਕਰੀਬਨ 5 ਰੁਪਏ ਦੀ ਗੋਲੀ ਹੈ। ਸੋ ਇਹ ਲਗਾਤਾਰ ਖਾਓ ਇਸ ਨੂੰ, ਅਤੇ ਇਹ ਜਿਹੜੀ ਲਿਕੋਡਰਮਾ ਦੀ ਜਿਹੜੀ ਪ੍ਰੋਬਲਮ ਆ ਉਹ ਠੀਕ ਹੋ ਸਕਦੀ ਹੈ। ਸੋ ਦੋਸਤੋ ਇਹ ਚੀਜ਼ਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਦੇਸੀ ਨੁਸਖੇ ਨੇ, ਔਰ ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ, ਇਹ ਨਹੀਂ ਪਤਾ ਕਦੋਂ ਕਿਹਦੀ ਫੂਕ ਨਿਕਲ ਜਾਣੀ ਹੈ। ਸੋ ਦੋਸਤੋ ਮੇਰੇ ਨਾਲ ਕੋਈ ਤੁਸੀਂ ਗੱਲਬਾਤ ਕਰਨੀ ਹੋਵੇ ਜਾਂ ਕੋਈ ਦਵਾਈ ਜੜੀ ਬੂਟੀ ਲੈਣੀ ਹੋਵੇ ਤਾਂ ਮੇਰੇ ਮੋਬਾਈਲ 'ਤੇ ਗੱਲਬਾਤ ਕਰ ਸਕਦੇ। ਮੋਬਾਈਲ ਨੰਬਰ ਹੈ 98557536 9855735366। ਈਮੇਲ ਹੈ ASKANDAMOGA@gmail.com। ਜਿਉਂਦੇ ਵੱਸਦੇ ਰਹੋ, ਖੁਸ਼ ਰਹੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।